हेलो एवरीवन वेलकम और वेलकम बैक टू माय चैनल बी एस मास्टर 2 पॉलिटिकल साइंस सिलेबस आज अपन डिस्कस करेंगे तुम्हारे पेपर का नाम है पॉलिटिकल साइंस बिल्कुल लेटेस्ट अपडेटेड सिलेबस है रेगुलर वाले का 70 मार्क्स का पेपर आंदा है ठीक है जी और 30 नंबर दी उनों दी इंटरनल होती है प्राइवेट ते डिस्टेंस वाले का जेड़ा पेपर है वो 100 मार्क्स आंदा बिकॉज़ उनों दी इंटरनल असेसमेंट नहीं होती जमे की आपा पिछले सेमेस्टर से विच भी पेपर देते हैं आपा नु पता सो रेगुलर वाले का जेड़ा हैगा ਪੇਪਰ ਤਿੰਨ ਸੈਕਸ਼ਨ ਦੇ ਵਿੱਚ ਡਿਵਾਈਡ ਹੈ ਐਵੇਂ ਹੀ ਡਿਸਟੈਂਸ ਦੇ ਪ੍ਰਾਈਵੇਟ ਵਾਲਿਆਂ ਦਾ ਵੀ ਤਿੰਨ ਸੈਕਸ਼ਨ ਚ ਡਿਵਾਈਡ ਹੈਗਾ ਰੈਗੂਲਰ ਵਾਲਿਆਂ ਲਈ 1.5 ਮਾਰਕਸ ਦਾ ਇੱਕ ਜਿਹੜਾ ਹੈਗਾ ਕੁਐਸਚਨ ਆਊਗਾ ਯਾਨੀ ਕਿ A ਸੈਕਸ਼ਨ ਦੇ ਵਿੱਚੋਂ 21 ਨੰਬਰ ਦਾ B ਸੈਕਸ਼ਨ ਦੇ ਵਿੱਚੋਂ 21 ਨੰਬਰ ਦਾ ਅਤੇ C ਸੈਕਸ਼ਨ ਦੇ ਵਿੱਚੋਂ ਜਿਹੜਾ ਹੈ 28 ਨੰਬਰ ਦਾ ਪੇਪਰ ਆਏਗਾ 2 ਮਾਰਕਸ ਦਾ ਤੁਹਾਨੂੰ ਜਿਹੜੇ ਹੈਗੇ ਨੇ ਰੈਗੂਲਰ ਵਾਲਿਆਂ ਨੂੰ ਸ਼ਾਰਟ ਕੁਐਸਚਨ 2 ਮਾਰਕਸ ਦੇ ਪੁੱਛੇ ਜਾਣਗੇ 14 ਟੋਟਲ ਕੁਐਸਚਨ ਹੋਣਗੇ ਐਦਾ ਹੀ ਜਿਹੜਾ ਹੈਗਾ ਡਿਸਟੈਂਸ ਤੇ ਪ੍ਰਾਈਵੇਟ ਵਾਲਿਆਂ ਦਾ ABC ਤਿੰਨ ਸੈਕਸ਼ਨ ਹੋਣਗੇ ਲੌਂਗ ਕੁਐਸਚਨ 14.5 ਮਾਰਕਸ ਹੈ ਯਾਨੀ ਕਿ A ਸੈਕਸ਼ਨ ਦੇ ਵਿੱਚੋਂ 29 B ਸੈਕਸ਼ਨ ਦੇ ਵਿੱਚੋਂ 29 ਅਤੇ C ਜਿਹੜਾ ਤੁਹਾਡਾ ਸੈਕਸ਼ਨ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਤੁਹਾਡਾ 42 ਮਾਰਕਸ ਦਾ ਜਿਹੜਾ ਹੈਗਾ ਕੁਐਸਚਨ ਦੇ ਮਾਰਕਸ ਹੋਣਗੇ ਠੀਕ ਹੈ ਟੋਟਲ 100 ਦਾ ਸੋ ਐਦਾਂ ਤੁਹਾਡਾ ਜਿਹੜਾ ਹੈਗਾ ਕੁਐਸਚਨ ਪੇਪਰ ਸੈੱਟ ਕੀਤਾ ਜਾਏਗਾ ਸਿਲੇਬਸ ਬੁక్స్ ਪੈਟਰਨ ਬਿਲਕੁਲ ਤੁਹਾਡਾ ਰੈਗੂਲਰ ਡਿਸਟੈਂਸ ਅਤੇ ਪ੍ਰਾਈਵੇਟ ਤਿੰਨਾਂ ਦਾ ਸੇਮ ਹੋਏਗਾ ਅਗਰ ਅੱਪਾ ਟਾਪਿਕਸ ਦੀ ਗੱਲ ਕਰੀਏ ਸੈਕਸ਼ਨ A ਦੇ ਵਿੱਚ ਕਿਹੜੇ ਟਾਪਿਕ ਨੇ ਚਾਰ ਟਾਪਿਕ ਹੈ ਪੋਲਿਟੀਕਲ ਸਿਸਟਮ ਰਾਜਨੀਤੀ ਪ੍ਰਣਾਲੀ मीनिंग ਡਿਫੀਨੇਸ਼ਨ ਐਂਡ ਕੈਰੈਕਟਿਸਟਿਕਸ ਇਹਦਾ ਅਰਥ ਦੱਸੋ ਰਾਜਨੀਤੀ ਪ੍ਰਣਾਲੀ ਦਾ ਡਿਫੀਨੇਸ਼ਨ ਪਰਿਭਾਸ਼ਾ ਦੱਸੋ ਅਤੇ ਕੈਰੈਕਟਰਿਸਟਿਕਸ ਯਾਨੀ ਕਿ ਵਿਸ਼ੇਸ਼ਤਾਵਾਂ ਦੱਸੋ ਫੰਕਸ਼ਨਸ ਆਫ ਪੋਲਿਟੀਕਲ ਸਿਸਟਮ ਰਾਜਨੀਤਿਕ ਪ੍ਰਣਾਲੀ ਦੇ ਕਾਰਜ ਕੀ ਨੇ ਵਿਊਜ਼ ਆਫ ਡੇਵਿਡ ਈਸਟਨ ਐਂਡ ਐਲਮੰਡ ਐਲਮੰਡ ਅਤੇ ਡੇਵਿਡ ਈਸਟਨ ਦੀ ਥਿਉਰੀ ਜਿਹੜੀ ਹੈਗੀ ਹੈ ਆਪਾਂ ਲਿਖਣੀ ਹੈ ਰਾਈਟਸ ਐਂਡ ਡਿਊਟੀਆਂ ਅਧਿਕਾਰ ਅਤੇ ਕਰਤਵ ਕੀ ਨੇ ਡੈਫੀਨੇਸ਼ਨ ਕਰਨੀ ਹੈ ਪਰਿਭਾਸ਼ਾ ਟਾਈਪਸ ਆਫ ਰਾਈਟਸ ਰਾਈਟਸ ਦੀ ਠੀਕ ਹੈ ਅਧਿਕਾਰਾਂ ਦੇ ਜਿਹੜੇ ਹੈਗੇ ਨੇ ਆਪਣੇ ਅਧਿਕਾਰ ਅਤੇ ਕਰਤਵ ਨੇ ਜਿਹੜੇ ਉਹਨਾਂ ਦਾ ਰਿਲੇਸ਼ਨਸ਼ਿਪ ਕੀ ਹੈ ਅਤੇ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਸੋਸ਼ਲ ਚੇਂਜ ਸਮਾਜਿਕ ਪਰਵਰਤਨ ਤੋਂ ਕੀ ਭਾਵ ਹੈ मीनिंग ਐਂਡ ਇਟਸ ਟਾਈਪਸ ਇਹਦੀਆਂ ਕਿਸਮਾਂ ਅਤੇ ਅਰਥ ਦੱਸੋ ਸੈਕਸ਼ਨ B ਦੇ ਵਿੱਚ ਜਿਹੜਾ ਹੈਗਾ ਲਿਬਰਟੀ ਲਿਬਰਟੀ ਤੋਂ ਤੁਹਾਡਾ ਕੀ ਭਾਵ ਹੈ ਠੀਕ ਹੈ ਆਜ਼ਾਦੀ ਤੋਂ ਕੀ ਭਾਵ ਹੈਗਾ ਮੀਨਿੰਗ ਡੈਫੀਨੇਸ਼ਨਸ ਅਤੇ ਸੇਫਗਾਰਡਸ ਇਹਦੇ ਜਿਹੜੇ ਹੈਗੇ ਟਾਈਪਸ ਅਤੇ ਸੇਫਗਾਰਡਸ ਵੀ ਜਿਹੜੇ ਸਿਧਾਂਤ ਹੈਗੇ ਨੇ ਆਪਾਂ ਦੱਸਨੇ ਨੇ ਇਕੁਐਲਿਟੀ ਠੀਕ ਹੈ ਸਮਾਨਤਾ ਦਾ ਜਿਹੜਾ ਹੈਗਾ ਸਿਧਾਂਤ ਕੀ ਕਹਿ ਰਿਹਾ ਤੇ ਉਹਦੀ ਮੀਨਿੰਗ ਡੈਫੀਨੇਸ਼ਨਸ ਕਰਨੀਆਂ ਟਾਈਪਸ ਯਾਨੀ ਕਿ ਕਿਸਮਾਂ ਕਰਨੀਆਂ ਰਿਲੇਸ਼ਨਸ਼ਿਪ ਬਿਟਵੀਨ ਲਿਬਰਟੀ ਐਂਡ ਇਕੁਐਲਿਟੀ ਲਿਬਰਟੀ ਅਤੇ ਇਕੁਐਲਿਟੀ ਦਾ ਜਿਹੜਾ ਹੈਗਾ ਕੀ ਇਹਨਾਂ ਦਾ ਰਿਲੇਸ਼ਨਸ਼ਿਪ ਹੈ ਇਹਨਾਂ ਦਾ ਸਬੰਧ ਕੀ ਹੈ ਜਸਟਿਸ ਨਿਆਂ ਤੋਂ ਕੀ ਭਾਵ ਹੈਗਾ ਮੀਨਿੰਗ ਅਤੇ ਇਸੇ ਵੇਰੀਅਸ ਜਿਹੜੇ ਆ ਡਾਈਮੈਂਸ਼ਨਸ ਤਾਂ ਇਹਦੇ ਜਿਹੜੇ ਕਾਰਕ ਨੇ ਜਸਟਿਸ ਦੇ ਨਿਆਂ ਦੇ ਸੋ ਇਹ ਵੀ ਲਿਖਨੇ ਨੇ ਡੈਮੋਕਰੇਸੀ ਡੈਮੋਕਰੇਸੀ ਤੋਂ ਤੁਹਾਡਾ ਕੀ ਭਾਵ ਹੈ ਲੋਕਤੰਤਰ ਤੋਂ ਤੁਹਾਡਾ ਕੀ ਭਾਵ ਹੈ ਅਤੇ ਕੈਰੈਕਟਿਸਟਿਕਸ ਅਤੇ ਇਹਦੀਆਂ ਟਾਈਪਸ ਵੀ ਦੱਸਣੀ ਆ ਅਰਥ ਵਿਸ਼ੇਸ਼ਤਾਵਾਂ ਅਤੇ ਕਿਸਮਾਂ ਜਿਹੜਾ ਹੈਗਾ ਡੈਮੋਕਰੇਸੀ ਦੀਆਂ ਲੋਕਤੰਤਰ ਦੀਆਂ ਆਪਾਂ ਨੇ ਦੱਸਣੀ ਆ ਥਿਉਰੀਜ਼ ਆਫ ਡੈਮੋਕਰੇਸੀ ਲੋਕਤੰਤਰ ਦੇ ਸਿਧਾਂਤ ਕੀ ਨੇ ਲਿਬਰਲ ਐਂਡ ਮਾਰਕਸਿਜ਼ਮ ਜਿਹੜੀ ਥਿਉਰੀ ਹੈਗੀਆਂ ਨੇ ਉਦਾਰਵਾਦੀ ਅਤੇ ਮਾਰਕਸਵਾਦੀ ਜਿਹੜੇ ਸਿਧਾਂਤ ਨੇ ਉਹ ਵੀ ਆਪਾਂ ਨੇ ਦੱਸਣੇ ਨੇ ਬੁੱਕਸ ਤੁਸੀਂ ਇਹ ਲੀਆਂ ਫੋਲੋ ਕਰ ਸਕਦੇ ਹੋ ਪੰਜਾਬੀ ਵਾਲੇ ਐਸ ਸੰੰਦਾ ਦੀਆਂ ਬੁੱਕਸ ਫੋਲੋ ਕਰ ਸਕਦੇ ਹੋ ਜੇ ਐਸ ਬਧੀ ਆਲ ਦੀ ਵੀ ਬੁੱਕ ਹੈਗੀ ਹੈ ਨੰਦਾ ਦੀ ਬੁੱਕ ਬਹੁਤ ਸਾਰੀਆਂ ਨੰਦਾ ਦੀਆਂ ਅੱਛੀਆਂ ਬੁੱਕਸ ਨੇ ਜਿਹੜੀਆਂ ਤੁਸੀਂ ਫੋਲੋ ਕਰ ਸਕਦੇ ਹੋ ਇੰਗਲਿਸ਼ ਵਾਲੇ ਇਹਨਾਂ ਦੇ ਵਿੱਚੋਂ ਕੋਈ ਵੀ ਵਰਮਾ ਦੀ ਬੁੱਕ ਬਹੁਤ ਅੱਛੀ ਹੈ ਕਪੂਰ ਸਰ ਦੀ ਬੁੱਕ ਬਹੁਤ ਅੱਛੀ ਹੈ ਸੋ ਇਹ ਤੁਸੀਂ ਫੋਲੋ ਕਰ ਸਕਦੇ ਹੋ ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਨੋਟਸ ਵੀ ਤੁਸੀਂ ਫੋਲੋ ਕਰ ਸਕਦੇ ਹੋ ਡਿਸਟੈਂਸ এডਿਕੇਸ਼ਨ ਦੀ ਸਾਈਟ ਤੋਂ ਤੁਹਾਨੂੰ ਬਨੇ ਬਨੇ ਨੋਟਸ ਮਿਲਣਗੇ ਬਹੁਤ ਹੀ ਈਜ਼ੀ ਲੈਂਗੁਏਜ ਵਿੱਚ ਨੇ ਇੰਗਲਿਸ਼ ਅਤੇ ਪੰਜਾਬੀ ਮੀਡੀਅਮ ਤੇ ਟੈਲੀਗ੍ਰam ਚੈਨਲ ਨੂੰ ਫੋਲੋ ਕਰ ਲਿਓ ਮੈਂ ਉੱਥੇ ਕੋਈ ਵੀ ਸਿਲੇਬਸ ਕੋਈ ਵੀ ਪੀਡੀਐਫ ਤੇ ਅਪਡੇਟਸ ਲਿੰਕਸ ਪਾ ਦੇਣੀ ਹੁੰਦੀਆਂ ਸੋ ਉੱਥੋਂ ਵੀ ਤੁਸੀਂ ਲੈ ਸਕਦੇ ਹੋ ਮਿਲਦੇ ਆ ਨਵੇਂ ਵੀਡੀਓ ਦੇ ਨਾਲ ਧੰਨਵਾਦ